ਗੁਰਦਾਸਪੁਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਵਿਚ 30 ਸਾਲਾ ਵਿਅਕਤੀ ਨੂੰ ਭੂਤ ਕੱਢਣ ਦੇ ਨਾਮ ਤੇ ਕੁੱਟ ਕੁੱਟ ਕੇ ਮਾਰ ਦਿੱਤਾ। ਜਿਸ ਮਾਮਲੇ ਤਹਿਤ ਕਰੀਬ 8 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ। 21 ਅਗਸਤ ਨੂੰ ਪਰਿਵਾਰ ਵਾਲਿਆਂ ਵੱਲੋਂ ਆਪਣੇ ਬੇਟੇ ਦਾ ਇਲਾਜ ਕਰਨ ਲਈ ਇੱਕ ਪਾਦਰੀ ਘਰ ਬੁਲਾਇਆ ਗਿਆ। ਪਾਦਰੀ ਤੇ ਉਸਦੇ ਸਾਥੀਆਂ ਵੱਲੋਂ ਉਸਦਾ ਇਲਾਜ ਕਰਨ ਦੇ ਲਈ ਉਸਦੀ ਕੁੱਟਮਾਰ ਸ਼ੁਰੂ ਕੀਤੀ, ਜਿਸ ਦੇ ਚਲਦਿਆਂ ਪਰਿਵਾਰ ਵੱਲੋਂ ਬਹੁਤ ਰੋਕਿਆ ਗਿਆ, ਪਰ ਉਹ ਨਾ ਰੁਕੇ ਤੇ 30 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਿਸ ਦੇ ਮਗਰੋਂ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ 22 ਅਗਸਤ ਨੂੰ ਦਫਨਾ ਦਿੱਤਾ ਗਿਆ। ਪਰ ਫਿਰ ਉਹਨਾਂ ਵੱਲੋਂ 23 ਅਗਸਤ ਨੂੰ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਪਾਦਰੀ ਖਿਲਾਫ ਲਿਖਵਾਈ, ਜਿਸ ਦੇ ਮਗਰੋਂ 24 ਅਗਸਤ ਨੂੰ ਪੁਲਿਸ ਵੱਲੋਂ ਬੋਡੀ ਕੱਢ ਕੇ ਪੋਸਟਮਾਰਟਮ ਲਈ ਭੇਜੀ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਬਿਮਾਰ ਰਹਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੀ ਖਾਤਰ ਬੁਲਾਇਆ ਸੀ, ਪਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੁਛ ਤਾਨ ਹੈ ਤੇ ਉਹ ਫਿਰ ਉਹਦੀ ਕੋਈ ਮਾਰ ਕਟਾਈ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਛ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰ ਕਟਾਈ ਦੌਰਾਨ ਜਿਹੜੀ ਉਹਦੀ ਡੈਥ ਹੋ ਗਈ। ਮੁੰਡਾ ਚੀਕਾਂ ਮਾਰੇ ਤੇ ਅਸੀਂ ਆਖੀ ਉਹਨਾਂ ਨੂੰ ਬੜਾ ਵੀ ਛੱਡ ਦੋ, ਸਾਨੂੰ ਏਦਾਂ ਕਰਕੇ ਪਿੱਛੇ ਕਰਦੇ ਆ, ਨਹੀਂ ਮਾਰਾ ਤੈਨੂੰ ਨੀ ਪਤਾ, ਅਸੀਂ ਸ਼ੈਤਾਨ ਕੱਢਣ ਡੇ ਆ, ਸ਼ੈਤਾਨ ਨੂੰ ਮਾਰਨ ਡੇ, ਇਹਨੂੰ ਕੁਛ ਨੀ ਹੋਣਾ, ਤੁਸੀਂ ਬੇਫਿਕਰ ਹੋ ਕੇ ਰਹੋ। ਸਾਨੂੰ ਉਹਨਾਂ ਮੁੰਡੇ ਦੇ ਲਾਗੇ ਜਾਣ ਹੀ ਨੀ ਦਿੱਤਾ, ਆਪੇ ਹੀ ਉਹਨਾਂ ਨੇ ਘੇਰਾ ਘੱਤ ਕੇ ਕਿਸੇ ਨੇ ਠੁੱਡ ਮਾਰੇ, ਕਿਸੇ ਨੇ ਚਪੇੜਾਂ ਮਾਰੀਆਂ, ਮਾਰ ਮਾਰ ਕੇ ਤੇ ਆ ਦੰਦਾਂ ਚ ਵੀ ਲਹੂ ਕੱਢਤਾ ਜਿਹੜੇ, ਤੇ ਏਦਾਂ ਹੀ ਧੁੰਦੇ ਰਹੇ 2 ਘੰਟੇ ਉਹਦੇ ਨਾਲ ਘੁਲਦੇ ਰਹੇ, ਫਿਰ ਉਹਨਾਂ ਭਰੇਕਣਾ ਵੀ ਬੰਨ ਕੇ ਉਹਨੂੰ ਮਾਰਿਆ, ਮਾਰ ਮਾਰ ਕੇ ਤੇ ਜਾਣੀ ਉਦੋਂ ਹੀ ਉਹਨਾਂ ਛੱਡਿਆ ਜਦੋਂ ਮੇਰਾ ਮੁੰਡਾ ਬੇਹੋਸ਼ ਹੀ ਹੋ ਗਿਆ। ਤੁਸੀਂ ਦਫਨਾ ਦਿੱਤਾ, ਉਹ ਜਿਹੜਾ ਆਵੇ ਸਾਰੇ ਕਹਿਣ ਵੀ ਇਹਨੇ ਹੱਕ ਕੀਤੀ ਹੈ, ਜੇ ਉੱਥੇ ਪੱਕਾ ਹੋਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਹੈ, ਅੱਜ ਇਹਨਾਂ ਤੇਰਾ ਘਰ ਜਾੜਿਆ, ਕੱਲ੍ਹ ਨੂੰ ਹੋਰ ਵੀ ਕਿਸੇ ਦਾ ਜਾ ਸਕਦੇ ਹੈ। ਉਹਨਾਂ ਨੇ ਖੈਰ ਕਰਕੇ ਤੇ ਫਿਰ ਮੈਂ ਥਾਣੇ ਗਈ, ਉੱਥੇ ਜਾ ਕੇ ਤਲਾਹ ਦਿੱਤੀ ਤੇ ਉਹਨਾਂ ਨੇ ਫਿਰ ਆ ਕੇ ਦੇਖਿਆ ਵੇਖਿਆ, ਫਿਰ ਉਹਨਾਂ ਨੇ ਕੱਲ੍ਹ ਡੈਡ ਬੋਡੀ ਪਟਾਈ ਫਿਰ, ਅਤੇ ਫਿਰ ਉਹਦਾ ਅੱਜ ਪੋਸਟਮਾਰਟਮ ਹੋਇਆ, ਅੱਜ ਪੋਸਟਮਾਰਟਮ ਹੋ ਗਿਆ, ਫਿਰ ਦਫਨਾ ਤਾ ਤਿੰਨ ਬੱਚੇ ਤੇ ਕੱਲੀ ਉਹਨੇ ਘਰ ਦੇ ਵਿੱਚ, ਮੇਰਾ ਹੋਰ ਕੋਈ ਸਹਾਰਾ, ਮੇਰਾ ਹੋਸਪਿਟਲ ਆਇਆ, ਮੈਂ ਦਿਮਾਗੀ ਹਾਲਤ ਤੇ ਮੈਂਟਲ ਆਏ, 8-10 ਸਾਲ ਹੋ ਗਏ ਤੇ ਵੈਸੇ ਨੀ ਕੁਛ ਕਰਦੇ, ਬੇਟਾ ਇਹ ਕੰਮ ਕਰਦਾ ਸੀ ਸੈਲਰ ਸੂਲਰ ਤੇ, ਉਹਦੇ ਚਾਚੇ ਦਾ ਸੈਲਰ ਹੀ ਲਿਆ ਉਹਨੇ ਤੇ ਉਹਦੇ ਨਾਲ ਹੀ ਕੰਮ ਕਰਦਾ, ਉਹੀ ਵਿਚਾਰਾ ਸਾਰੇ ਟੱਬਰ ਨੂੰ ਦੇਖਦਾ ਸੀ, ਉਹੀ ਸਹਾਰਾ ਸੀ। ਤਿੰਨ ਜਣੇ ਆਏ ਤੇ ਦਵਾ ਅਸੀਂ ਕਿਹਾ ਪਿਸਤਾਨੀ ਨੂਕਸ ਨੂੰ ਹੋ ਗਿਆ ਤੇ ਦਵਾ ਕਰ ਦਿਓ, ਉਹਨਾਂ ਨੇ ਦਵਾ ਨਹੀਂ ਕੀਤੀ, ਉਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਸੀ, ਫਿਰ ਉਹਨਾਂ ਨੇ 10-12 ਬੰਦੇ ਲਿਆਂਤੇ ਨਾਲ, ਅਸੀਂ ਛਡਾਉਂਦੇ ਗਾੜੀ ਹੋ ਕੇ ਤੇ ਸਾਨੂੰ ਵੀ ਧੱਕੇ ਮਾਰਦੇ ਸੀ, ਆਹ ਮੇਰੇ ਸੱਟ ਲਾ ਦਿੱਤੀ, ਇਹਨੂੰ ਬੀਬੀ ਕੋਈ ਗੱਲ ਡਿੱਗ ਪਈ ਜਵਾਰੀ, ਇਹਨੂੰ ਕੋਈ ਗੱਲ ਨਹੀਂ, ਇਹਨੂੰ ਹੋਣ ਦੀ ਸ਼ੈਤਾਨ ਨੂੰ ਸੱਟ ਲੱਗਣੀ, ਇਹਨੂੰ ਥੋੜ੍ਹੀ ਸੱਟ ਲੱਗਣ ਦੀ ਹੈ।